ਦੇਖ ਰਹੀ ਆ ਤੇ ਚੜ੍ਹਦੀ ਧੁੱਪ ਲੱਗ ਗਈ ਧੁੱਪ ਨਾਲ ਵਧੀਆ ਸੁੱਕ ਗਈ ਥੋੜੇ ਦਿਨਾਂ ਚ ਹੀ ਆਪਣੀਆਂ ਪਾਥੀਆਂ ਹਾਂ ਵਧੀਆ ਹੋ ਗਈਆਂ ਪਾਥੀਆਂ ਦਾ ਬਸ ਧੁੱਪ ਲੱਗੀ ਜਾਵੇ ਫਿਰ ਤਾਂ ਕੋਈ ਨਹੀਂ ਧੁੰਦ ਪੈਣ ਲੱਗ ਗਈ ਨਾ ਫੇਰ ਨਹੀਂ ਸੁੱਕਣੀਆਂ ਇਹ ਜਮਾ ਇਹ ਤਾਂ ਹੈ ਦੀ ਬਸ ਹੁਣ ਆਪਾਂ ਇਹਨਾਂ ਨੂੰ ਸਾਂਭ ਦਾਂਗੇ ਘਰ ਲਾ ਦਾਂਗੇ ਅੰਦਰ ਪ੍ਰੀਆ ਟਾਈਮ ਕੀ ਹੋ ਗਿਆ ਵੀ ਮੈਨੂੰ ਲੱਗਦਾ 4 ਕੁ ਵੱਜ ਗਏ ਹੋਣਗੇ ਆਪਣਾ ਦਾਲ ਸਬਜ਼ੀ ਦਾ ਵੀ ਟਾਈਮ ਹੋ ਗਿਆ ਹਾਂ ਅੱਗੇ ਬੇਬੇ ਦਾ ਸਹਾਰਾ ਹੁੰਦਾ ਸੀ ਮਾੜਾ ਮੋਟਾ ਤਾਂ ਕੁਛ ਤਾਂ ਕਰ ਦਿੰਦੀ ਸੀ ਹਨਾ ਹੋਰ ਬੇਬੇ ਵੀ ਹਨਾ ਗਈ ਹੋਈ ਆ ਸਹੀ ਗੱਲ ਅੱਜ ਤਰੀਏ ਕੀ ਪ੍ਰੀਆ ਕੀ ਬਣਾਈਏ ਦੇਖ ਲੋ ਦੀ ਹੁਣ ਤਾਂ ਗਾਜਰਾ ਸਾਗ ਇਹੀ ਕੁਛ ਰਹਿ ਗਿਆ ਇੰਨਾ ਤੋਂ ਤਾਂ ਜੀ ਅੱਕਿਆ ਪਿਆ ਹੋਰ ਪ੍ਰੀਆ ਦੀ ਕੀ ਬਣਾਈਏ ਕੋਈ ਦਾਲ ਬਣਾ ਲਾਂਗੇ ਪ੍ਰੀਆ ਮੈਂ ਤੈਨੂੰ ਐ ਕਹਿੰਦੀ ਸੀ ਅੱਜ ਆਪਾਂ ਤਰੀ ਵਾਲੇ ਆਲੂ ਨਾ ਬਣਾਈਏ ਧਨੀਆ ਪਾ ਕੇ ਵਿੱਚ ਹਾਂ ਦੀ ਵੈਸੇ ਵੀ ਬਹੁਤ ਦਿਨ ਹੋ ਗਏ ਹਨ ਠੀਕ ਹੈ ਇਹ ਬਣਾ ਲੈਣੇ ਆਪਾਂ ਤਰੀ ਵਾਲੀ ਦਾਲ ਸਬਜ਼ੀ ਬਣਾਉਣੇ ਅੱਜ ਠੀਕ ਹੈ ਹੋਰ ਸੁੱਕੀ ਸਬਜ਼ੀ ਖਾ ਕੇ ਨਾ ਜੀ ਹੋ ਗਿਆ ਆ ਤਾਂ ਪ੍ਰੀਆ ਗਿੱਲੀਆਂ ਨੇ ਆ ਤਾਂ ਹਜੇ ਹੋਰ ਧੁੱਪ ਲੱਗ ਜਾਣ ਦੇਖੀ ਧੁੱਪ ਲੱਗਦੇ ਹਾਂ ਚੱਲ ਹੁਣ ਆਪਾਂ ਫਿਰ ਗੰਡੇ ਪੱਟ ਲੈਣੇ ਆ ਹਨਾ ਚੱਲ ਲੇਟ ਹੋ ਜੂ ਆਪਾਂ ਨੂੰ ਉਧਰ ਵੀ ਦੀ ਆ ਦੇਖੋ ਬੇਰ ਵੀ ਵੈਸੇ ਕਿੰਨੇ ਵਧੀਆ ਹੋ ਰਹੇ ਨੇਗੇ ਹਨਾ ਹੁਣ ਤਾਂ ਪੱਕਣ ਲੱਗ ਗਏ ਪੀਲੇ ਜਿਹੇ ਹੋਣ ਲੱਗ ਗਏ ਅੱਗੇ ਨਾਲੋਂ ਹਾਂ ਇਹ ਤਾਂ ਹੈ ਦੇਖੀਏ ਦੀ ਕੋਈ ਤੋੜ ਲਾ ਕੋਈ ਕੱਚਾ ਨਾ ਪਰ ਤੋੜੀ ਢਿੱਡ ਦੁਖਣ ਲੱਗ ਗਈ ਖਾ ਕੇ गंडे पट्टी आ जा फिर लेट हो जूगा कच्चे ने हना दी हले इथों तो जमी दिन जई जांदा फिर अच्छा गंडे ले पट चलो आ जा प्रिया सलाद बनावांगे है ना हाँ सलाद च भी वधिया लगदा हाँ सलाद च वधिया लगणगे खाण च अहीं छिल के साफ ही अहीं खाणे दाल नाल उंदे भी वधिया लगदे ने है ना दी इक होर पट लैणे है ना ਬਾਲੇ ਤਾਂ ਫਿਰ ਕੀ ਕਰਨੇ ਇੱਥੇ ਕਿਹੜਾ ਦੂਰ ਆ ਜਦੋਂ ਲੋੜ ਹੋਈ ਫਿਰ ਪੱਟ ਲਾਂਗੇ ਬਸ ਜਿੰਨੇ ਅੰਗ ਦੀ ਲੋੜ ਆ ਉਹਨੇ ਕ ਲੈ ਲੂ ਫਿਰ ਤਾਂ ਹਨਾ ਚਾਰ ਹਾਂ ਬਹੁਤ ਹੈ ਦੀ ਧਨੀਆ ਵੀ ਲੈ ਲਈਏ ਥੋੜੇ ਜਿਹਾ ਹਰੀਆਂ ਮਿਰਚਾਂ ਲੈ ਲਈਏ ਹਾਂ ਇਹ ਪਾਣੀ ਲਾਇਆ ਹੋਇਆ ਦਿਨ ਤਾਂ ਮੜਾ ਤੋੜ ਲੈਂਦੇ ਹਾਂ ਧਨੀਆ ਨਹੀਂ ਹੋਇਆ ਹੈਗਾ ਹਨਾ ਹਾਂ ਵੀ ਮਾੜਾ ਹੋਊਗਾ ਹਾਂ ਹੁਣ ਤਾਂ ਦੇਖੋ ਹੁਣ ਹੋ ਰਿਹਾਗਾ ਪੋਰਿਆਂ ਚ ਦੁਬਾਰੇ ਲਾਤਾ ਸੀ ਅਜੇ ਬਹੁਤ ਘੱਟ ਹੋਇਆ ਹਨਾ ਇਸ ਨੂੰ ਦੀ ਮੈਂ ਹਰੀਆਂ ਮਿਰਚਾਂ ਤੋੜ ਦਿਆਂ ਉਦੋਂ ਤੱਕ ਹਾਂ ਤੋੜ ਲੈ ਮਸਾਲਾ ਕੁੱਟ ਕੇ ਪਾਵਾਂਗੇ ਨਾ ਫਿਰ ਵਧੀਆ ਲੱਗੇ मसाला कुट लिए पहले आलू चीर लेने फिर मसाला ठीक है कला खपी जाना दिन मैं करा देना हूं करा देना छोटे भाई करा देना कादे वास्ते गुस्से होना ਹੁਕਮ ਕਰ ਤੂੰ ਕਿੱਥੋਂ ਸ਼ੁਰੂ ਕਰਾਂ ਪੱਟ ਤਾਂ ਰੱਖੀ ਆ ਭਾਈ ਯਾਰ ਖਾਪੀ ਜਾਂਦੇ ਨੂੰ ਕੱਲੇ ਜਣੇ ਪੱਟ ਤਾਂ ਰੱਖੀ ਆ ਹੁਣ ਹੋਣ ਵਾਲਾ ਹੈਗਾ ਫੜ ਤਾਂ ਹੋਣ ਵਾਲਾ ਹੱਤੀ ਐ ਚੱਲ ਤੂੰ ਕੋਈ ਨਾ ਕਰਦੇ ਮੈਂ ਮਾਉ ਤੇਰੀ ਭਾਬੀ ਕੋਲ ਚੁੱਲ੍ਹੇ ਤੇ ਬਹਿਣਾ ਹੋਣਾ ਮੜਾ ਜਿਆ ਤਾਂ ਰਹਿ ਗਿਆ ਹੁਣ ਨਹੀਂ ਮੈਂ ਕਰਦਾ ਹੁਣ ਤੂੰ ਸਾਰਾ ਪੱਟ ਕੇ ਹੁਣ ਮਿੰਦੂ ਕਰਾਏਗਾ ਮੜਾ ਜਿਆ ਕੋਈ ਨਾ ਮੈਂ ਹੱਤੀ ਕਰ ਲੂ ਆਹੋ ਚੱਲ ਮੈਂ ਉੱਥੇ ਚੁੱਲ੍ਹੇ ਕੋਲ ਬਹਿਣਾ ਤੇਰੀ ਭਾਬੀ ਦੇ ਕਿਉਂ ਪਾਲੀ ਕਿੱਥੋਂ ਆਇਓ ਕਿੱਥੋਂ ਆਣਾ ਮੈਂ ਤਾਂ ਸ਼ਹਿਰ ਗਿਆ ਸੀਗਾ ਕਿਵੇਂ ਅੱਜ ਸੁੱਕ ਭੜੋਕਾ ਜੀ ਕਰ ਰੱਖਿਆ ਕੰਮ ਨਹੀਂ
ਤੁਸੀਂ ਆਓਗੇ ਕਿ ਨਾਲ ਨਹੀਂ ਤਾਂ ਮੇਰੇ ਨਾਲ ਹੀ ਮਦਦ ਕਰਾ ਦਿਓ ਬੇਬੇ ਆ ਕੇ ਮੈਨੂੰ ਗਾਲਾਂ ਦੂਗੀ ਇੰਨੀ ਦੇਰ ਮਦਦ ਮਦਦ ਕਰਾ ਦਿੰਦੇ ਅਸੀਂ ਮਦਦ ਕਰਨ ਵਾਸਤੇ ਤਾਂ ਬੈਠੇ ਆ ਮਦਦ ਤੁਸੀਂ ਕਰੋ ਹੁਕਮ ਮਦਦ ਹੁਣ ਕਰ ਦਿੰਦੇ ਆ ਭਾਈ ਕਰ ਜੇ ਤੂੰ ਆ ਕਰ ਲੈ ਮੈਂ ਅੱਗ ਮਚਾ ਦਿੰਦਾ ਹਾਂ ਮੈਂ ਤਾਂ ਕਰ ਲੈ ਤੁਸੀਂ ਅੱਗ ਮਚਾ ਕੇ ਦੋ ਠੀਕ ਹੈ ਮੈਂ ਅੰਦਰੋਂ ਆਲੂ ਲੈ ਹੋਣੀ ਆ ਜੇ ਮੱਚ ਗਈ ਅੱਗ ਫਿਰ ਮੰਨੇਗੀ ਬਾਬਿਆਂ ਨੂੰ ਹਾਂ ਪੱਕਾ ਕੀ ਕਹੇਂਗੀ ਫਿਰ ਬਸ ਵੀ ਅੱਗ ਮਚਾਤੀ ਹੋਰ ਕੀ ਐ ਨਹੀਂ ਤੂੰ ਐ ਕਹਿਣਾ ਜੈ ਬਾਬਿਆਂ ਦੀ ਹੁਣ ਉਸਤਾਦ ਆਓ ਬਾਬੇ ਨੂੰ ਤਾਂ ਫੌਜ ਚ ਬੰਦੇ ਦੇ ਉਹਦਾ ਤੂੰ ਕਰਦਾ ਨਹੀਂ ਹੁੰਦਾ ਔਰ ਬਿਨਾ ਕੰਮ ਤੇ ਹੀ ਔਰ ਐਵੇਂ ਅਗਲੀ ਤਨਖਾਹ ਪਾਉਂਦੇ ਨੇ ਵੱਡੇ ਸਾਹਿਬ ਤੋਂ ਸਿੱਤਰ ਉੱਤੇ ਕਹਿੰਦਾ ਆਹੋ ਆਈ ਬੋਲੀ ਆ ਨਾ ਤੇਰੇ ਵਾਸਤੇ ਤਾਂ ਸੌਖਾ ਇਹ ਗੱਲਾਂ ਕਹਿਣੀਆਂ ਆਹ ਜਦੋਂ ਜਾਏਗਾ ਨਾ ਪਤਾ ਲੱਗੇ ਕਦੇ ਕਰੀ ਹੋਵੇ ਡਿਊਟੀ ਦਾ ਪਤਾ ਲੱਗੇ ਉਹ ਸਰਕਾਰ ਦੇ ਨੌਕਰ ਬਣ ਕੇ ਰਹਿਣਾ ਬਹੁਤ ਔਖਾ ਵਿੱਕੀ ਅੱਜ ਤੇਰੇ ਭਾਜੀ ਅੱਗ ਮਚਾਉਂਦੇ ਦੇਖੀ ਜਾਂਦੀ ਆ ਇਹਦਾ ਅੱਗ ਤਾਂ ਮੱਚ ਗਈ ਚਲੋ ਮਚਾਓ ਵੀਰ ਜੀ ਦੇਖਦੇ ਆ ਅੱਗ ਉੱਗਦੇ ਤਾਂ ਚੱਪ ਕਰਦੇ ਤਾਂ ਜੰਗਲਾਂ 'ਚ ਅਸੀਂ ਅੱਗਾਂ ਹੀ ਮਚਾਉਂਦੇ ਹਾਂ ਹੋਰ ਦੱਸ ਕੀ ਕਰਨਾ ਉੱਥੇ ਚਲੋ ਅੱਜ ਘਰੇ ਵੀ ਮਚਾ ਕੇ ਦਿਖਾਓ ਫਿਰ ਡੱਬੀ ਹਾਂ ਲੈ ਕੇ ਆਓ ਬਾਲੀ ਮੰਨ ਕੇ ਬਾਬਿਆਂ ਨੂੰ ਸਿੱਧਾ ਚੱਲ ਰਹੇ ਨੇ ਹੁਣ ਤਾਂ ਠੰਡ ਤਾਂ ਐਵੇਂ ਚੱਲੂ ਚਲੋ ਕਵੀ ਤਾਂ ਕੰਮ ਕਰਿਆ ਰੋਟੀ ਜੋਗਾ ਸਹੀ ਗੱਲ ਉਹ ਤਾਂ ਨਹੀਂ ਕਰਦਾ ਇਹਨੂੰ ਮੈਂ ਤਾਂ ਇਹ ਨੀ ਪਤਾ ਲੱਗਦਾ ਫੌਜ ਚ ਰੋਟੀ ਕਿਵੇਂ ਦੀ ਇਹਨੂੰ ਮੋਦੀ ਨਾਲ ਰਲਿਆ ਫਿਰਦਾ ਆਪਣੇ ਕਿੱਦਾਂ ਡੱਬਾ ਇਹ ਬਸ ਭਾਬੀ ਅੱਜ ਤੋਂ ਬਾਅਦ ਨੀ ਉਹ ਕਰਨਾ ਹੈਗਾ ਜਦੋਂ ਬਾਈ ਹੁਣ ਸ਼ਹਿਰ ਜਾਏਗਾ ਇਹ ਲੈ ਕੇ ਨੀ ਆਉਣਾ ਹੈਗਾ ਬਸ ਆਪਾਂ ਹੋਰ ਲਿਆਵਾਂਗੇ ਯਾਰ ਹੋਰ ਕੰਪਨੀਆਂ ਥੋੜੀਆਂ ਨੇ ਡੋਲ ਦੋ ਪਰਾਂ ਉਧਰ ਹੋਰ ਪਰੇ ਛੱਡ ਦੋ ਪਰਾਂ ਡੋਲ ਦੋ ਜਾਂ ਮੱਝਾਂ ਨੂੰ ਪਾ ਦਿਓ ਜਾਂ ਡੋਲ ਦੋ ਚੱਲ ਐ ਕਰ ਤੂੰ ਉਧਰੋਂ ਆਪਣਾ ਤੇਲ ਚੱਕ ਆਪਣੇ ਘਰੇ ਕੜਾਈ ਵੇੜੀ ਕਹਾਣੀ ਸਰੋਂ ਦਾ ਤੇਲ ਪਿਆ ਅੰਦਰ ਹੋਰ ਕੁਝ ਬਣਾਉਂ ਉਹਦਾ ਜੜਕਾ ਲਾਉਂਦਾ ਨਹੀਂ ਸੀਗਾ ਤਾਂ ਹੀ ਯੂਜ਼ ਕਰ ਰਹੇ ਸੀਗੇ ਬਸ ਇਹਨਾਂ ਦਾ ਜੂੜ ਵੱਡਾ ਇਹਨਾਂ ਨੇ ਜਲੂਸ ਕੱਢ ਰੱਖਿਆ ਇਹਨਾਂ ਨੇ ਤਾਂ ਕੰਗਾਲ ਕਰਿਆ ਯਾਰ ਆਪਾਂ ਨੂੰ ਹੈ ਆਪਾਂ ਹੀ ਹੁਣ ਇਹਨਾਂ ਦੀਆਂ ਚੀਜ਼ਾਂ ਹੋ ਕਰੀ ਜਾਂਦੇ ਆ ਤੈਨੂੰ ਪਤਾ ਸਰੋਂ ਦੇ ਤੇਲ ਨਾਲ ਕੋਈ ਬਿਮਾਰੀ ਨਹੀਂ ਲੱਗਦੀ ਘਰ ਦਾ ਤੇਲ ਤਾਂ ਘਰ ਦੇ ਹੀ ਹੁੰਦਾ ਘਰ ਦੀਆਂ ਸਬਜ਼ੀਆਂ ਦਾ ਹੋਰ ਉਹੀ ਕਿਉਂ ਗੰਦਵਾਈਆਂ ਨੇ ਬੜੀਆਂ ਨੇ ਭਰਾਂ ਇਹਨਾਂ ਦੇ ਹੋਰ ਵੀ ਆਪਣੇ ਸਾਰੇ ਪ੍ਰੋਡਕਟ ਆਉਂਦੇ ਨੇ ਚੌਲ ਚੂਲ ਤੋਂ ਲੈ ਕੇ ਸਾਰੇ ਆ ਮਸਾਲੇ ਮਸੂਲੇ ਸਾਰਾ ਕੁਝ ਆਉਂਦਾ ਇਹਨਾਂ ਦਾ ਸਾਰਾ ਕੁਝ ਆਉਂਦਾ ਕਮਾਲ ਹੋ ਗਈ ਫਿਰ ਤੁਸੀਂ ਐ ਕਰੋ ਟੈਗ ਦੇ ਕੇ ਲੈ ਕੇ ਆਇਓ ਜਦੋਂ ਵੀ ਬਾਈ ਤੂੰ ਜਾਣਾ ਹੁੰਦਾ ਉਹਦਾ ਇੱਥੇ ਸਿੱਧਾ ਕੰਮ ਹੋਇਆ ਨਹੀਂ ਕਦੇ ਕੋਈ ਆ ਸਿੱਧਾ ਕਰ ਲਿਆ ਯਾਰ ਉਹ ਮੈਂ ਥੋੜਾ ਮਾਰਾ ਹੋ ਜਿਹੜਾ ਕਹਿ ਦਿੰਦਾ ਮੈਂ ਤਾਂ ਉਹ ਲਿਆ ਕੇ ਦੇ ਦਿੰਦਾ ਦੇ ਕੇ ਲਿਆਵੇ ਨਾ ਇੱਥੇ ਦੇ ਪ੍ਰੋਡਕਟ ਦੇਸੀ ਪ੍ਰੋਡਕਟ ਲਿਆਵੇ ਉਹ ਪਤਾ ਕੀ ਗੱਲ ਹੈ ਵਿੱਕੀ ਉਹ ਇਹਨਾਂ ਦੀਆਂ ਕਰਤੂਤਾਂ ਆਪਣੇ ਮੂਰੇ ਹੁਣ ਆਈਆਂ ਨੇ ਹੁਣ ਆਪਾਂ ਥੋੜਾ ਵਰਤਾਂਗੇ ਇਹਨਾਂ ਨੂੰ ਆਪਾਂ ਦੱਸ ਕੀ ਲੈਣਾ ਇਹਨਾਂ ਤੋਂ ਇਹਨਾਂ ਨੇ ਤਾਂ ਕੰਗਾਲ ਕਰਤੇ ਚੱਲ ਹੁਣ ਤੁਸੀਂ ਐਂ ਕਰੋ ਇੰਨੇ ਬਣਾਓ ਸਬਜ਼ੀ ਆ ਇੰਨੇ ਮੈਂ ਪੱਟਣਾ ਆਪਾਂ ਫਿਰ ਲਾ ਦਾਂਗੇ ਚਲੋ ਠੀਕ ਹੈ ਜਾ ਆਇਓ ਮੈਂ ਬੜੀ ਅੱਗ ਮਚਾਦਾ ਅੱਗ ਨਹੀਂ ਚਲੋ ਫੌਜੀ ਸਾਹਿਬ ਜੀ ਐਡੀ ਦੂਰ
ਪਾਲੀ ਠੰਡ ਬਹੁਤ ਹੋ ਰਹੀ ਆ ਸਹੀ ਗੱਲ ਆ ਚੁੱਲ੍ਹੇ ਕੋਲ ਉੱਠ ਕੇ ਜੀ ਕਰਦਾ ਹੋਰ ਹਾਂਜੀ ਆਪਣਾ ਮਸਾਲਾ ਭੁੱਜ ਚੁੱਕਿਆ ਹੁਣ ਇਹਦੇ ਵਿੱਚ ਅਸੀਂ ਨਮਕ ਮਿਰਚ ਮਸਾਲਾ ਤੇ ਹਲਦੀ ਐਡ ਕਰਾਂਗੇ ਹਨਾ ਭੁੱਜੀ ਸਾਹਿਬ ਹਾਂਜੀ ਹਾਂਜੀ ਚੱਕ ਦੋ ਫੜੀ ਚਲੋ ਜੀ ਕੜਛੀ ਹੋਰ ਅੱਜ ਸਾਡੀ ਸਬਜ਼ੀ ਕੁਝ ਜ਼ਿਆਦਾ ਟੇਸਟੀ ਬਣ ਗਈ ਕਿਉਂਕਿ ਫੌਜੀ ਸਾਹਿਬ ਜੀ ਬਣਾ ਰਹੇ ਨੇ ਕੋਈ ਉੱਥੇ ਅਸੀਂ ਸਾਰਾ ਕੁਝ ਬਣਾ ਲੈਂਦੇ ਹੁੰਦੇ ਹਾਂ ਘਰੇ ਤਾਂ ਸਾਨੂੰ ਕਦੇ ਕੋਈ ਬਣਾ ਕੇ ਨਹੀਂ ਕੋਈ ਡਿਸ਼ ਸਾਡੀਆਂ ਡਿਊਟੀਆਂ ਲੱਗਦੀਆਂ ਰਹਿੰਦੀਆਂ ਉੱਥੇ ਹੁਣ 24 ਘੰਟੇ ਕਰਨਾ ਹੁਣ ਘਰੇ ਤਾਂ ਬੰਦਾ ਮਸਾ ਛੁੱਟੀ ਆਉਂਦਾ ਹਾਂ ਵੀਰ ਜੀ ਛੁੱਟੀ ਤੇ ਆਉਂਦੇ ਹੋ ਫਿਰ ਤਾਂ ਬਣਾ ਕੇ ਖਵਾਉਣਾ ਹੀ ਚਾਹੀਦਾ ਨਾ ਕਦੇ ਨਾ ਕਦੇ ਤਾਂ ਓਏ ਉੱਥੇ ਕਿਹੜਾ ਹੁਣ ਮੈਂ ਕੱਲਾ ਅੱਜ ਬਣਾ ਰਿਹਾ ਪਈ ਅੱਜ ਦੇਖ ਉੱਥੇ ਕਿਹੜਾ ਮੈਂ ਕੱਲਾ ਕਰਦਾ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰ ਹਾਂ ਥੋੜਾ ਲੱਗੇ ਹੈ ਪਾਲੀ ਜਦੋਂ ਮੈਂ ਉੱਥੇ ਹੁੰਦਾ ਨਾ ਕਈ ਵਾਰੀ ਉੱਥੇ ਹੁਣ ਸਾਡੀ ਡਿਊਟੀ ਲੱਗ ਜਾਂਦੀ ਹੈ ਲੰਗਰ ਹਾਲ 'ਚ ਤੇ ਫਿਰ ਮੈਨੂੰ ਤੇਰੀ ਬੜੀ ਯਾਦ ਆਉਂਦੀ ਆ ਉੱਥੇ ਹੋਰ ਨਾਲੇ ਯਾਰ ਤੇਰੀ ਬਣਾਉਂਦੀ ਹੈ ਜਿਹੜੀ ਸਬਜ਼ੀ ਇੰਨੀ ਸਵਾਦ ਆ ਫਿਰ ਉਹ ਮਿਸ ਕਰੀ ਦੀ ਹੈ ਉੱਥੇ ਦਾ ਉਹ ਫਿਰ ਤਾਂ ਆਉਂਦੀ ਹੈ ਨਾ ਉੱਥੇ ਬਣਾ ਕੇ ਖਾਣੀ ਪੈਂਦੀ ਉੱਥੇ ਬਣੀ ਬਣ ਬਣੀ ਉਹ ਨਹੀਂ ਨਹੀਂ ਐਵੇਂ ਨਹੀਂ ਹੈਗਾ ਹੁਣ ਬੰਦੇ ਦੀਆਂ ਹੋਰ ਵੀ ਬਹੁਤ ਸਾਰੀਆਂ ਯਾਦਾਂ ਆਉਂਦੀਆਂ ਨੇ ਜ਼ਰੂਰੀ ਥੋੜਾ ਵੀ ਹੁਣ ਉਹ ਗੱਲ ਨੂੰ ਲੈ ਕੇ ਯਾਦ ਕਰੂਗਾ ਸਾਰਾ ਕੁਛ ਵੀ ਹੁਣ ਤੂੰ ਸਬਜ਼ੀ ਹੁਣ ਸਬਜ਼ੀ ਤਾਂ ਸਾਰੀਆਂ ਬੁੜੀਆਂ ਬਣਾਉਂਦੀਆਂ ਨੇ ਸਮਝਿਆ ਕਰ ਤੂੰ ਗੱਲ ਨੂੰ ਸਮਝਦੀ ਨਹੀਂ ਬੱਚਿਆਂ ਵਾਲੀਆਂ ਗੱਲਾਂ ਕਰ ਕੀ ਸਮਝੀਆਂ ਫਿਰ ਦੱਸ ਕੀ ਸਮਝੀਆਂ ਇਹ ਤੂੰ ਆ ਰਿਹਾ ਤੂੰ ਇਹ ਇੱਧਰ ਨਾ ਜਾ ਪ੍ਰਿਆ ਕਣੀ ਫੌਜੀ ਕਣੀ ਆ ਕੱਟ ਕੇ ਰੱਖ ਦੋ ਤੂੰ ਨਾ ਕਦੇ ਬੈਠਣ ਦੇ ਜਲਦੀ ਹੋ ਜੂਗਾ ਨਾ ਐਵੇਂ ਦੀ ਹਾਂ ਲੱਗ ਲਗਾ ਕੇ ਇਹੀ ਟੂਟੀ ਲਾ ਰਹੀ ਕਰੇ ਸਾਰੇ ਕੰਮ ਕਰੇ ਮਾਰ ਕੇ ਰਸਾ ਲਵੇਟ ਦੇ ਪਹਿਲਾਂ ਧਾਗਾ ਤਾਂ